ਕਰੋ ਬੇਫਿਕਰ ਹੋ ਕੇ ਫਿਰਦੇ ਸਾਡੇ ਡਾਕੂਮੈਂਟ ਆ ਜੀ ਮੇਰੇ ਕੋਲ ਇੱਕ ਘਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਤੇ ਹੁਣ ਪੀੜਿਤ ਪਰਿਵਾਰ ਥਾਣੇ ਦੇ ਵਿੱਚ ਪਹੁੰਚਿਆ ਇਨਸਾਫ ਦੀ ਗੁਹਾਰ ਲਗਾਉਣ ਦੇ ਲਈ। ਤੇ ਮਾਮਲਾ ਤੁਹਾਨੂੰ ਦੱਸ ਦਈਏ ਕਿ ਮਕਾਨ ਦੀ ਰਜਿਸਟਰੀ ਦਾ ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ 14 ਤੋਂ 15 ਦੇ ਕਰੀਬ ਅਣਪਛਾਤੇ ਲੋਕ ਆਉਂਦੇ ਨੇ ਤੇ ਘਰ ਦਾ ਸਾਰਾ ਸਮਾਨ ਚੁੱਕ ਕੇ ਟਰੱਕ ਦੇ ਵਿੱਚ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜੋ ਔਰਤਾਂ ਘਰ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸਾਰਾ ਸਮਾਨ ਲੈ ਕੇ ਘਰ ਦਾ ਫਰਾਰ ਹੋ ਜਾਂਦੇ ਨੇ। ਦੂਜੇ ਪਾਸੇ ਹੁਣ ਪਰਿਵਾਰ ਦਾ ਮੁਖੀ ਥਾਣੇ ਦੇ ਵਿੱਚ ਪਹੁੰਚਿਆ ਅਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਕਾਨ ਦੀ ਰਜਿਸਟਰੀ ਨੂੰ ਲੈ ਕੇ ਇਹ ਸਾਰਾ ਵਿਵਾਦ ਹੋਇਆ। ਘਰ ਦਾ ਸਾਰਾ ਸਮਾਨ ਚੁੱਕ ਕੇ 14 ਤੋਂ 15 ਦੇ ਕਰੀਬ ਅਣਪਛਾਤੇ ਲੋਕ ਦੱਸੇ ਜਾ ਰਹੇ ਨੇ। ਉਹਨਾਂ ਦੇ ਵੱਲੋਂ ਸਮਾਨ ਚੁੱਕ ਕੇ ਮੌਕੇ ਤੋਂ ਫਰਾਰ ਹੋਏ ਨੇ। ਟਰੱਕ ਦੇ ਵਿੱਚ ਇਹ ਸਮਾਨ ਲੱਦਿਆ ਜਾਂਦਾ ਸ਼ਰੇਆਮ ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਔਰਤਾਂ ਘਰ ਦੇ ਅੰਦਰ ਹੁੰਦੀਆਂ ਨੇ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਕੋਲੋਂ ਸੋਨੇ ਦੇ ਗਹਿਣੇ ਵੀ ਖੋ ਲਏ ਜਾਂਦੇ ਨੇ। ਤਾਂ ਅਜਿਹੇ ਇਲਜ਼ਾਮ ਪਰਿਵਾਰ ਦੇ ਮੁਖੀ ਵੱਲੋਂ ਲਗਾਏ ਜਾ ਰਹੇ ਨੇ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਹੁਣ ਪੀੜਿਤ ਪਰਿਵਾਰ ਥਾਣੇ ਦੇ ਵਿੱਚ ਪਹੁੰਚਿਆ ਇਨਸਾਫ ਦੀ ਗੁਹਾਰ ਲਗਾਉਣ ਦੇ ਲਈ। ਅਸੀਂ ਜੀ ਆਪਦਾ ਕੰਮਾਂ 'ਤੇ ਚਲੇ ਗਏ ਸੀ, ਸਾਡਾ ਗੁਰਜੀਤ ਨਾਂ ਮਕਾਨ ਦਾ ਸੀਗਾ ਜੀ, ਉਹਨੇ ਸਾਡੀ ਰਜਿਸਟਰੀ ਨਹੀਂ ਕਰਾ ਕੇ ਦਿੰਦਾ ਸੀ, ਲੋਨ ਕਰਾਉਣਾ ਸੀਗਾ, ਅੱਜ ਕਰਾਉਣਾ ਸਵੇਰੇ ਕਰਾਉਣਾ, ਇਦਾਰੇ ਲਾਈ ਜਾਂਦਾ ਸੀ, ਅੱਜ ਫਿਰ ਉਹਨੇ ਆਪਦਾ ਗੁੰਡਾਗਰਦੀ ਦਿਖਾਈ ਆ ਜੀ, ਆਪਦੇ ਬੰਦਿਆਂ ਨੂੰ ਲੈ ਕੇ ਆ ਗਿਆ ਨਾਲ, ਸੁਸ਼ੀਲ ਇੱਕ ਉਹ ਆ ਗਿਆ ਨਾਲ, ਇੱਕ ਉਹਦਾ ਜਿਹੜਾ ਮੁਨਸ਼ੀ ਸੀਗਾ ਉਹ ਆ ਗਿਆ ਗੁਰਜੀਤ ਦਾ। ਕਿੰਨੇ ਬੰਦੇ ਸੀਗੇ ਜੀ? 25-30 ਜਣੇ ਸੀ। ਕੋਈ ਸੀਸੀ ਕੈਮਰੇ ਦੀ ਫੁਟੇਜ ਮਿਲ ਜੂਗੀ? ਜਦੋਂ ਅਸੀਂ ਘਰੇ ਆਏ ਹਾਂ ਸਾਡੇ ਆਉਂਦਿਆਂ ਨੂੰ ਤਾਂ ਸਮਾਨ ਲੱਦਿਆ ਪਿਆ ਸੀਗਾ ਤੇ ਜਿੰਦਾ ਲਾਉਣ ਦੀ ਕੋਸ਼ਿਸ਼ ਕਰਦੇ ਸੀਗੇ। ਚਾਰ ਪੰਜ ਬੁੜੀਆਂ ਲਿਆਏ ਮੇਰੀ ਨੂੰਹਾਂ ਨੂੰ ਧੱਕੇ ਮਾਰੇ, ਨੂੰਹਾਂ ਮੇਰੀਆਂ ਬਾਹਰ ਬੈਠੀਆਂ, ਮਹੀਨੇ ਦੀ ਮੇਰੀ ਵੱਡੀ ਛੋਟੀ ਨੂੰਹ ਉਹਦੇ ਕੋਲ ਬੇਟੀ ਹੋਈ ਹੈ, ਮਹੀਨੇ ਦੀ ਵੱਡੇ ਪਰੇਸ਼ਾਨ ਹੋਈ ਉਹ ਵੀ ਬਾਹਰ ਬੈਠੀ ਹੈ। ਇਹਨਾਂ ਨਾਲ ਕੋਈ ਜਨਾਨੀਆਂ ਵੀ ਸੀਗੀਆਂ ਜੀ? ਕਬਜ਼ਾ ਦਵਾਨ ਦੇ ਵਿੱਚ ਚਾਰ ਜਨਾਨੀਆਂ ਸੀ, ਚਾਰ ਜਨਾਨੀਆਂ ਹੈਗੀਆਂ ਸੀ ਜੀ। ਕੁੱਟਮਾਰ ਵੀ ਹੋਈ ਤੁਹਾਡੇ ਨਾਲ? ਕੁੱਟਮਾਰ ਕੀਤੀ ਹੈ ਜਿਹੜੀ ਛੋਟੀ ਬੱਚੀ ਦੇ? ਛੋਟੀ ਬੱਚੀ ਦੇ ਕੁੱਟਮਾਰ ਜਨਾਨੀਆਂ ਨੇ ਕੀਤੀ ਹੈ? ਹਾਂਜੀ ਜਨਾਨੀਆਂ ਨੇ, ਪਿੱਛੇ ਬੰਦਿਆਂ ਨੇ ਧੱਕੇ ਮਾਰੇ। ਕਿਹਦੇ ਨਾਲ ਸੀ ਜਨਾਨੀ? ਹਾਂਜੀ ਜਨਾਨੀ ਕਿਹਦੇ ਨਾਲ? ਗੁਰਜੀਤ ਰਾਏ ਤੇ ਸੁਸ਼ੀਲ ਦੇ ਨਾਲ ਸੀ ਜੀ ਬੁੜੀਆਂ। ਠੀਕ ਹੈ ਜਿਹੜੇ ਗੁੰਡੇਗੰਡੇ ਦੇ ਨਾਲ ਬੱਚੀ ਦੀ ਬੰਨੀ ਮੇਰੀਆਂ ਬਾਹਰ ਕੱਢੀਆਂ ਪਈਆਂ ਜੀ, ਸਮਾਨ ਸਾਰਾ ਦੇਖੋ, ਜਾ ਕੇ ਦੇਖੋ ਪੱਤਰਕਾਰ, ਸਾਡਾ ਕੱਖ ਨਹੀਂ ਛੱਡਿਆ ਜੀ। ਠੀਕ ਹੈ ਛੱਡਿਆ ਉਹਨਾਂ ਨੇ ਸਾਰਾ ਸਾਡਾ ਸਾਰਾ। ਕੀ ਲੱਗਦਾ ਜੀ ਤੁਹਾਡੀ ਜ਼ਿੰਦਗੀ ਭਰ ਦੀ ਜਿਹੜੀ ਕਮਾਈ ਸੀ ਉਹਨੂੰ ਮਿੰਟਾਂ 'ਚ ਤਹਿਸ ਨਹਿਸ ਕਰ ਕਰਕੇ ਕਰ ਦਿੱਤੀ? ਕਮਾਈ ਜੀ ਸਾਰੀ ਸਾਡੀ ਖਰਾਬ ਕਰਤੀ, ਅਸੀਂ ਦਿਹਾੜੀ ਜੋਤੇ ਕਰ ਕਰ ਕੰਮ ਕਰ ਕਰਕੇ ਕਮਾ ਕਮਾ ਕੇ ਹੁਣ ਬੰਦਿਆਂ ਦਾ ਪਤਾ ਨਹੀਂ ਲੱਗਿਆ ਕਿੱਥੇ ਕਿਹੜੇ ਬੰਦੇ ਲੈ ਕੇ ਸਮਾਨ ਲੈ ਗਏ। ਠੀਕ ਹੈ ਗੁੰਡੇ ਲੈ ਕੇ ਆਏ, ਕੀ ਮੰਗ ਕਰਦੇ ਆ ਜੀ ਹੁਣ ਤੁਸੀਂ? ਜੇ ਨਾ ਸਿੱਟਿਆ ਜਾਵੇ ਹੋਣਾ ਚਾਹੀਦਾ ਸਾਡਾ ਸਮਾਨ, ਵਾਪਸ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾਣਾ ਚਾਹੀਦਾ, ਸਾਡੇ ਪੈਰ ਨੂੰ ਇੱਕ ਬਿਸਤਰਾ ਵੀ ਨਹੀਂ ਕਰ ਰਹੇ। ਠੀਕ ਠੀਕ ਹੈ ਠੀਕ ਹੈ, ਸਾਡਾ ਵਾਪਸ ਆਉਣਾ ਚਾਹੀਦਾ। ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਜੀ? ਸਾਡੇ ਮਕਾਨ ਦਾ ਜਿਵੇਂ ਹੱਲਾ ਬੋਲਦਾ ਗੁਰਜੀਤ ਰਾਏ, ਸੁਨੀਲ ਕੁਮਾਰ ਤੇ ਨਾਲ ਸੋਨੂ ਸੀ ਮੁੰਡਾ ਦਾ, ਉਹਦੇ ਨਾਲ ਕੰਮ ਕਰਦੇ ਗੁਰਜੀਤ ਦਾ ਮੁਨਸ਼ੀ, ਇਹਨਾਂ ਨੇ
ਸਾਡੀਆਂ ਬੁੜੀਆਂ ਤੇ ਕੁੱਟਮਾਰ ਥੋੜੀ ਕੀਤੀ, ਘਰੋਂ ਪੜ ਕੇ ਬੱਚੇ ਬਾਹਰ ਕੱਢਤੇ ਤੇ ਸਾਰਾ ਸਾਡਾ ਸਮਾਨ ਚੁੱਕ ਲੈ ਗਏ ਤੇ ਟਰੱਕ 'ਚ ਲੋਡ ਕਰੀ ਛੱਡੇ ਸੀ। ਟਰੱਕਾਂ, ਫਰਿੱਜ, ਟੀਵੀ ਕੋਈ ਚੱਕ ਨਹੀਂ ਛੱਡੇ, ਛੱਡੇ ਪੈਰ ਤੋਂ ਬਿਸਤਰਾ ਨਹੀਂ ਛੱਡੇ ਸਾਡੀ, ਸਾਰਾ ਵਿਹਲਾ ਕੀਤਾ ਪਿਆ ਇਹਨਾਂ ਨੇ। ਤੇ ਜਦੋਂ ਜਾ ਕੇ ਜੇਕਰ ਟਰੱਕ ਸਾਨੂੰ ਦੇਖ ਕੇ ਇਹਨਾਂ ਨੇ ਟੱਕ ਭਜਾ ਕੇ ਨਾਲ ਸਭ ਤੋਂ ਸਮਾਨ ਤੁਹਾਡਾ ਸਾਰਾ ਲੈ ਗਏ ਨੇ, ਸਾਰਾ ਲੈ ਗਏ ਜੀ। ਕਿੰਨੇ ਸਮੇਂ ਦੀ ਗੱਲ ਆ ਜੀ ਇਹ? ਇਹ ਤਕਰੀਬਨ 1-1.5 ਵਜੇ ਦੀ ਗੱਲ, ਮਤਲਬ ਕਿ ਇੰਨੀ ਸ਼ਰਿਆਮ ਗੁੰਡਾ ਕਰਦੀ ਦਿਨ ਦਿਹਾੜੇ, ਦਿਨ ਦਿਹਾੜੇ ਕੀਤੀ ਸ਼ਸ਼ੀਲ ਕਿੰਨੀ ਨਾ, ਸ਼ਸ਼ੀਲ ਦਾ ਕੰਮ ਸਾਰਾ ਇਹਦਾ ਜੀ, ਪੱਤਰਕਾਰ ਹੋਰ ਉਹਦੇ ਨਾਲ ਦੇ ਸਾਥੀ, ਸ਼ਸ਼ੀਲ ਸਾਰਾ ਕੰਮ ਸ਼ਸ਼ੀਲ ਦਾ, ਸ਼ਸ਼ੀਲ ਕਰਾ ਰਿਹਾ ਸਾਰਾ ਕੰਮ, ਇਹ ਕਰਾ ਰਿਹਾ ਤੇ ਕਿੱਥੋਂ ਦਾ ਰਹਿਣ ਵਾਲਾ ਸ਼ਸ਼ੀਲ? ਗਰਜੀਤ ਰਾਜ ਦੇ ਪਤਾ ਕੀ ਹੈ, ਲੁਹਾਰੇ ਕਲੋਨੀਆਂ ਕੱਟੀਆਂ ਜਿਹਦੀਆਂ ਥਾਂ ਥਾਂ 'ਤੇ ਠੱਗੀਆਂ, 15-15-20 ਲੱਖ ਦੀਆਂ ਮਾਰੀ ਜਾਂਦਾ ਇਹ, ਅਤੇ ਉਹ ਬੰਦੇ ਵਿਚਾਰੇ ਘਰੇ ਨਹੀਂ ਵੱਸਦੇ, ਕਿਹਨਾਂ ਦਾ ਲੋਨ ਕੀਤਾ, ਲੋਨ ਲੈ ਕੇ ਗਰਜੀਤ ਰਾਜ ਆਪ ਇਕੱਲਾ ਖਾਈ ਜਾਂਦਾ ਲੁਹਾਰੇ ਕਲੋਨੀਆਂ ਜਾ ਕੇ। ਸ਼ਸ਼ੀਲ ਜਿਹੜਾ ਇਹ ਕਿੱਥੋਂ ਦਾ ਰਹਿਣ ਵਾਲਾ? ਇਹ ਕਿੱਥੋਂ ਲਿਆਉਂਦਾ ਜੀ? ਕੰਮ ਕੀ ਕਰਦਾ ਜੀ ਇਹ? ਕੰਮ ਸੜਕ ਉਹ ਲੈ ਗਏ। ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ? ਕਾਰਵਾਈ ਇਹਨਾਂ ਨੂੰ ਠੋਕ ਕੇ ਅੰਦਰ ਸੁੱਟਿਆ ਜਾਵੇ, ਲੱਗਦਾ ਵੀ ਐਸਐਸਏ ਦਾ ਪੂਰਾ ਭਰੋਸਾ ਹੈ, ਮੈਂ ਕਿਹਾ ਪੂਰਾ ਐਸਐਸਏ ਭਰੋਸਾ, ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ। ਕਿਹੜੇ ਮਾਮਲੇ, ਥਾਣੇ ਦਾ ਮਾਮਲਾ ਹੈ ਇਹ ਜੀ? ਡਬਲ